ਇਕਬਾਲ ਸਿੰਘ ਜੀ। ਇਕਬਾਲ ਜੀ, ਜਿਹੜੇ ਲਗਾਤਾਰ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ, ਉਸ ਦੇ ਨਾਲ ਰਸੋਈ ਦਾ ਵੀ ਅਸਰ ਖਰਾਬ ਹੋਇਆ, ਬਜਟ ਖਰਾਬ ਹੋਇਆ, ਕੀ ਕਹਿਣਾ ਚਾਹੋ? ਬਹੁਤ ਬੁਰਾ ਹਾਲ ਹੈ ਜੀ, ਸਰਕਾਰਾਂ ਨੇ ਬਹੁਤ ਬੁਰਾ ਹਾਲ ਕੀਤਾ। ਗਲਤ ਗੱਲ ਇਹ ਨਹੀਂ, ਮਹਿੰਗਾਈ ਨਹੀਂ ਹੋਈ ਸੀ ਅਤੇ ਡੀਜ਼ਲ ਪੈਟਰੋਲ ਵਧਣ ਕਰਕੇ ਰੇਟ ਵਧੇ ਜੀ, ਬਹੁਤ ਮਾੜੀ ਗੱਲ। ਮੁਲਾਜ਼ਮ ਬੰਦੇ ਰੋਟੀ ਖਾਣ ਦਾ, ਗਰੀਬ ਬੰਦੇ ਦਾ ਬਹੁਤ ਬੁਰਾ। ਜਿਹੜੀ ਰਸੋਈ ਪਹਿਲਾਂ 10,000 'ਚ ਚੱਲਦੀ ਸੀ, ਉਹਦਾ ਹੁਣ ਬਜਟ ਕਿੰਨਾ ਖਰਾਬ ਹੋਇਆ? ਡਬਲ ਹੋ ਗਿਆ ਜੀ, ਡਬਲ ਹੋ ਗਿਆ। ਠੀਕ, ਹਾਂਜੀ, ਤੁਹਾਡਾ ਨਾਮ? ਅੰਕੁਰ ਮਹਾਜਨ। ਅੰਕੁਰ ਜੀ, ਜਿਹੜੇ ਪੈਟਰੋਲ ਡੀਜ਼ਲ ਦੇ ਲਗਾਤਾਰ ਰੇਟ ਵਧਦੇ ਹੋਏ, ਕਿੰਨਾ ਕੁ ਅਸਰ ਪਿਆ ਸਬਜ਼ੀਆਂ 'ਤੇ? ਭਾਅ ਜੀ, ਸਬਜ਼ੀਆਂ 'ਤੇ ਤਾਂ ਅਸਰ ਪਿਆ ਹੀ ਹੈ, ਖਾਸ ਕਰ ਪਿਆਜ਼ 'ਤੇ, ਟਮਾਟਰ 'ਤੇ, ਮਟਰ 'ਤੇ, ਟਿੰਡਿਆਂ 'ਤੇ ਅਸਰ ਕਾਫੀ ਪਿਆ, ਯਾਨੀ ਕਿ ਲੋਕਾਂ ਦੀ ਰਸੋਈ 'ਤੇ ਸਮਝ ਲਓ ਕਿ ਅਸਰ ਪੂਰਾ ਪੈ ਰਿਹਾ ਇਸ ਟਾਈਮ। ਪੈਟਰੋਲ ਦੇ ਜਿੱਥੇ ਰੇਟ 105 'ਤੇ ਚੱਲ ਗਿਆ ਵਾ, ਉੱਥੇ ਸਬਜ਼ੀਆਂ ਦੇ ਰੇਟ ਰੁਪਈਆ 2 ਨਹੀਂ, ਸਿੱਧਾ ਹੀ ਡਬਲ ਦੇ ਲਾਗੇ ਪਹੁੰਚ ਚੁੱਕੇ ਹੋਏ ਨੇ। ਅਤੇ ਲੋਕ ਜਿੱਥੇ ਆ ਕੇ ਕਿਲੋ ਕਿਲੋ ਸਬਜ਼ੀ ਲੈਂਦੇ ਸੀ, ਉੱਥੇ ਆ ਕੇ ਅੱਧਾ ਕਿਲੋ ਪਾ ਇੰਨੀ ਕੁ ਸਬਜ਼ੀ ਲੈਂਦੇ ਪਏ ਨੇ, ਯਾਨੀ ਕਿ ਉਹਨਾਂ ਦਾ ਬਜਟ ਯਾਨੀ ਕਿ ਪੂਰਾ ਹਿੱਲ ਚੁੱਕਾ ਆ। ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਹੋਰ ਸਬਜ਼ੀਆਂ ਰੇਟ ਵਧੂਗੇ, ਕਿਉਂਕਿ ਲਗਾਤਾਰ ਪੈਟਰੋਲ ਡੀਜ਼ਲ ਦੇ ਰੇਟ ਵਧਦੇ ਪਏ, ਐਲ ਪੀ ਜੀ ਦੇ ਰੇਟ ਵਧਦੇ ਪਏ? ਬਿਲਕੁਲ ਭਾਅ ਜੀ, ਉਹ ਤਾਂ ਹੈ ਹੀ ਹੈ, ਜਿੰਨੀ ਦੇਰ ਤੱਕ ਐਲ ਪੀ ਜੀ ਅਤੇ ਪੈਟਰੋਲ ਦੇ ਰੇਟ ਕੰਟਰੋਲ 'ਤੇ ਨਹੀਂ ਆਉਣਗੇ, ਉਹ ਤਾਂ ਨੈਚੁਰਲ ਹੈ ਕਿ ਹਾਂ ਵੀ ਗਰੋਸਰੀਜ਼ 'ਤੇ ਅਸਰ ਪਏਗਾ ਹੀ ਪਏਗਾ। ਅਤੇ ਜੇ ਜਿਹੜੀ ਹੁਣ ਬਾਹਰੋਂ ਆਉਣੀ ਹੈ ਆਈਟਮ, ਉਹ ਟਰਾਂਸਪੋਰਟ 'ਤੇ ਆਉਣੀ ਹੈ, ਟਰਾਂਸਪੋਰਟ ਦਾ ਅਸਰ ਸਿੱਧਾ ਹੀ ਪੈਟਰੋਲ 'ਤੇ ਪੈਣਾ, ਉਹ ਸਿੱਧਾ ਮਾਲ 'ਤੇ ਪੈਣਾ ਅਸਰ ਸਾਰਾ। ਠੀਕ, ਹਾਂਜੀ, ਤੁਹਾਡਾ ਨਾਮ? ਭੂਸ਼ਣ ਕੁਮਾਰ। ਭਾਅ ਜੀ, ਕੀ ਕਹਿਣਾ ਚਾਹੋਗੇ, ਸਬਜ਼ੀਆਂ ਦੇ ਰੇਟ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ, ਕਿੰਨਾ ਕੁ ਦੁਕਾਨਦਾਰੀ 'ਤੇ ਅਸਰ ਪਿਆ? ਪੈਂਦੇ ਜੀ, ਇਸ ਲਈ ਸੋਚੀ ਕਿ ਜਿਹੜੇ ਪਿੱਛੇ ਬਾਰਿਸ਼ਾਂ ਪਈਆਂ ਨਾ, ਉਹਦੇ ਕਰਕੇ ਥੋੜ੍ਹੇ ਸੋਚੇ ਮਹਿੰਗੇ ਹੋ ਗਏ। ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ, ਇਹ ਜਿਹੜੇ ਸੋਚੇ ਨਵੇਂ ਚੱਲੇ ਨੇ ਮੇਥੀ, ਹੁਣ ਨਵੇਂ ਸੋਚੇ ਚੱਲੇ ਸ਼ਲਗਮ, ਮੇਥੀ, ਸਾਗ, ਇਹ ਹੈਗੇ ਸਰਦੀਆਂ ਸੋਚੀ। ਇਹ 15 ਦਿਨ ਤੱਕ ਥੋੜ੍ਹਾ ਠੰਡਾ ਮੌਸਮ ਹੋਏ, ਇਹ ਸੋਚੇ 15 ਦਿਨ ਤੱਕ ਮਤਲਬ ਕਿ ਅੱਧਾ ਲੈਵਲ ਆ ਜਾਏਗਾ। ਜੋ ਮੱਛੀ ਅੱਜ 10 ਰੁਪਏ ਕਿਲੋ ਹੈ ਨਾ, ਅਤੇ ਹਫ਼ਤੇ ਤੱਕ 15 ਦਿਨਾਂ ਤੱਕ 5 ਰੁਪਏ ਕਿਲੋ ਮਿਲੇਗੀ। ਜਿਹੜਾ ਪਿਆਜ਼ ਹੈ, ਇਹ ਪੁਰਾਣਾ ਪਿਆਜ਼ ਆ ਰਿਹਾ, ਨਵਾਂ ਪਿਆਜ਼ ਚੱਲ ਪਏਗਾ 15 ਦਿਨ ਤੱਕ, ਸਿਰਫ 15 ਦਿਨ ਤੋਂ ਬਾਅਦ ਇਹ ਪਿਆਜ਼ ਜਿਹੜਾ ਅੱਧੇ ਰੇਟ 'ਤੇ ਆਏਗਾ। ਠੀਕ, 15 ਦਿਨ ਤੋਂ ਬਾਅਦ ਅੱਧੇ ਰੇਟ 'ਤੇ ਆਏਗਾ, ਨਵਾਂ ਚੱਲੇਗਾ। ਇਸ ਵੇਲੇ ਪੁਰਾਣਾ ਪਿੱਛੇ ਸਟੋਕ ਨਹੀਂ ਹੈਗਾ, ਚੱਲ ਪਏਗਾ, ਲਾ ਕੇ ਚੱਲ ਪੈਣਗੇ, ਇਹ ਫਿਰ ਅੱਧੇ ਰੇਟ 'ਤੇ ਆ ਜਾਏਗਾ। ਨਹੀਂ, ਪਿੱਛੇ ਸਟਾਕ ਨਹੀਂ ਹੈਗਾ, ਪਿੱਛੇ ਇੱਕੋ ਹੀ ਇਲਾਕਾ ਚੱਲ ਰਿਹਾ, ਲਾਕੇ ਹੋਣਾ 2-4 ਉਧਰੋਂ ਆ ਗਿਆ, ਕੋਈ ਉਧਰੋਂ ਆ ਗਿਆ, ਅਤੇ ਜਿੱਧਰੋਂ ਫਿਰ ਲੱਖ ਸੌਦਾ, ਕੋਈ ਵੀ ਚੀਜ਼ ਘੱਟ ਉਹ ਮਹਿੰਗੀ ਹੋਈ। ਠੀਕ, ਸ਼ਲਗਮ ਚੱਲ ਪਿਆ, ਗਾਜਰਾਂ ਚੱਲ ਪੈਣੀਆਂ, ਮੇਥੀ ਚੱਲ ਪੈਣੀ, ਗਾਜਰਾਂ ਮਟਰ, ਲੋਕਲ ਮਟਰ ਚੱਲ ਪੈਣਾ 15 ਦਿਨ ਤੱਕ, ਹਰ ਸੌਦੀ ਨਵੀਂ ਚੱਲ ਪੈਣੀ ਹੈ, 15 ਦਿਨ ਤੱਕ ਹਰ ਸੌਦੇ ਆਪਣੇ ਅੱਧੇ ਦੇ ਮੁਲਕ ਰਹੇ।